ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਰਸੋਈ 'ਚ ਤੁਹਾਡਾ ਸਭ ਦਾ ਬਹੁਤ ਬਹੁਤ ਮੈਂ ਸਵਾਗਤ ਕਰਦੇ ਹਾਂ। ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਬੇਸਣ ਵਾਲੀ ਬਰਫੀ। ਬੇਸਣ ਵਾਲੀ ਬਰਫੀ ਜਦੋਂ ਵੀ ਤੁਹਾਡਾ ਦਿਲ ਕਰੇ ਘਰ 'ਚ ਬਣਾ ਕੇ ਖਾਓ, ਸਾਡੇ ਤਰੀਕੇ ਨਾਲ ਜ਼ਰੂਰ ਬਣਾਇਓ ਅਤੇ ਖਾਇਓ। ਜੇ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੇ ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਬੇਸਣ ਦੀ ਬਰਫੀ ਕਿਵੇਂ ਬਣਦੀ ਅਤੇ ਇਹਦੇ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ। ਬੇਸਣ ਦੀ ਬਰਫੀ ਬਣਾਉਣ ਲਈ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਆਓ ਦੇਖਦੇ ਹਾਂ। ਸਾਰੀਆਂ ਚੀਜ਼ਾਂ ਤਾਂ ਆਪਾਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ। 250 ਗ੍ਰਾਮ ਹੈ ਬੇਸਣ ਲਿਆ। ਇਹਦੇ ਹਿਸਾਬ ਨਾਲ ਤੁਸੀਂ ਚੀਨੀ ਲੈਣੀ ਹੈ, ਖੰਡ, ਅਤੇ ਇਹਦੇ ਹਿਸਾਬ ਨਾਲ ਤੁਸੀਂ ਘਿਓ ਲੈਣਾ ਹੈ। ਜੇ ਤੁਸੀਂ ਬੇਸਣ ਜ਼ਿਆਦਾ ਲੈਣਾ ਤਾਂ ਤੁਹਾਨੂੰ ਜ਼ਿਆਦਾ ਘਿਓ ਦੀ ਜ਼ਰੂਰਤ ਹੋਏਗੀ, ਖੰਡ ਦੀ ਵੀ ਜ਼ਿਆਦਾ ਜ਼ਰੂਰਤ ਹੋਏਗੀ। ਅਤੇ 1 ਕੌਲੀ ਆਪਾਂ ਪਾਉਣੀ ਸੁੱਕੇ ਦੁੱਧ ਦੀ ਲਈ ਹੈ। 5 ਤੋਂ 6 ਚਮਚਾਂ ਦੇਸੀ ਘਿਓ ਦੀਆਂ ਨੇ ਪਾਉਣੀ। 1 ਕੌਲੀ ਆਪਾਂ ਚੀਨੀ ਦੀ ਲਈ ਹੈ। ਥੋੜ੍ਹਾ ਜਿਹਾ ਚਾਸਣੀ ਲਈ ਪਾਣੀ ਚਾਹੀਦਾ। 5 ਤੋਂ 6 ਹਰੀ ਇਲਾਚੀ, 4 ਤੋਂ 5 ਦੀਆਂ ਗਿਰੀਆਂ ਬਦਾਮਾਂ ਦੀਆਂ ਲੰਬੇ ਲੰਬੇ ਪੀਸਾਂ 'ਚ ਕੱਟੀਆਂ ਹੋਈਆਂ, 4-5 ਕਾਜੂ, ਇਹ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ। ਕੋਈ ਵੀ ਆਪਣਾ ਪਸੰਦ ਕਰਦੇ ਡਰਾਈ ਫਰੂਟ ਉਹੀ ਪਾ ਚਾਹੀਦਾ ਤੁਹਾਨੂੰ, ਉਹੀ ਲੈ ਸਕਦੇ ਤੁਸੀਂ। ਚਲੋ ਆਪਾਂ ਬਣਾਉਣਾ ਸ਼ੁਰੂ ਕਰਨੇ ਹਾਂ ਬੇਸਣ ਦੀ ਬਰਫੀ ਕਿਵੇਂ ਬਣਦੀ ਹੈ। ਆਪਾਂ ਕੜਾਹੀ ਰੱਖ ਲਈ ਹੈ ਗੈਸ 'ਤੇ, ਗੈਸ ਨੂੰ ਚੱਲ ਔਨ ਕਰ ਲੈਂਦੇ ਹਾਂ। ਜਦੋਂ ਸਾਡਾ ਕੜਾਹੀ ਗਰਮ ਹੋ ਗਈ, ਪੈਨ ਗਰਮ ਹੋ ਗਿਆ, ਅਤੇ ਆਪਾਂ ਦੇਸੀ ਘਿਓ ਪਾ ਲੈਣਾ। ਸਭ ਤੋਂ ਪਹਿਲਾਂ ਗਰਮੀ ਹੈ ਨਾ, ਘਿਓ ਪਿੱਕ ਲਿਆ ਪਿਆ, ਥੋੜ੍ਹਾ ਥੋੜ੍ਹਾ ਕਰਕੇ ਘਿਓ ਪਾਉਣਾ ਸੀ। ਬੇਸਣ ਪਾ ਕੇ ਅਤੇ ਘਿਓ ਦੇ ਵਿੱਚ ਅਸੀਂ ਇਹਨੂੰ ਮਿਲਾ ਲੈਣਾ ਚੰਗੀ ਤਰ੍ਹਾਂ। 5-6 ਮਿੰਟ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਣਾ। ਇਹ ਨਾਲ ਨਹੀਂ ਲੱਗਣਾ ਚਾਹੀਦਾ ਗੈਸ 'ਤੇ, ਗੈਸ ਘੱਟ ਦੇ, ਸਲੋ ਕਰੋ, ਹਲਕਾ ਹਲਕਾ ਗੈਸ 'ਤੇ ਭੁੰਨਣਾ ਹੈ ਬੇਸਣ। ਤੁਹਾਨੂੰ ਪਤਾ ਕਿ ਨਾਲ ਲੱਗ ਜਾਏ ਫਿਰ ਬੇਸਣ ਕੌੜਾ ਹੋ ਜਾਂਦਾ। ਆਪਾਂ ਵਧੀਆ ਤਰੀਕੇ ਨਾਲ ਭੁੰਨਾਂਗੇ ਥੋੜ੍ਹਾ ਥੋੜ੍ਹਾ ਕਰਕੇ, ਅਤੇ ਫਿਰ ਆਪਾਂ ਨੂੰ ਘਿਓ ਹੋਰ ਥੋੜ੍ਹਾ ਥੋੜ੍ਹਾ ਕਰਕੇ ਪਾਵਾਂਗੇ। ਜਿੰਨਾ ਠੰਡਾ ਕਰਕੇ ਹੌਲੀ ਹੌਲੀ ਭੁੰਨਾਂਗੇ ਆਸਤੇ ਆਸਤੇ, ਉਨਾ ਹੀ ਸਾਡਾ ਬੇਸਣ ਵਧੀਆ ਬਣੇਗਾ। ਹਲਕੇ ਹਲਕੇ ਅਤੇ ਬਿਲਕੁਲ ਗੈਸ ਸਲੋ ਕੀ, ਬਿਲਕੁਲ ਹਲਕਾ ਕੀਤਾ ਹੈ। ਦੇਖੋ ਹਲਕੇ ਗੈਸ 'ਤੇ ਬੇਸਣ ਭੁੰਨਾਂਗੇ ਤਾਂ ਸਾਡਾ ਬੇਸਣ ਬੜਾ ਵਧੀਆ ਭੁੱਜੇਗਾ ਦਾਣੇਦਾਰ, ਅਤੇ ਸਾਡੀ ਬਰਫੀ ਸਵਾਦ ਬਣੇਗੀ। ਅਤੇ ਆਪਾਂ 1 ਚਮਚ ਜਿਹੜਾ ਦੇਸੀ ਘਿਓ ਹੋਰ ਪਾਉਂਦੇ ਹਾਂ। ਗੈਸ ਨੂੰ ਬੰਦ ਕਰ ਦਿੰਦੇ ਹਾਂ, ਬੇਸਣ ਭੁੱਜ ਕੇ ਤਿਆਰ ਹੋ ਗਿਆ। ਉਹਨੂੰ ਆਪਾਂ 1 ਪਲੇਟ 'ਚ ਕੱਢ ਲੈਂਦੇ ਹਾਂ। ਬੇਸਣ ਚੰਗੀ ਤਰ੍ਹਾਂ ਭੁੱਜਿਆ ਹੋਏਗਾ ਤਾਂ ਤੁਹਾਡੀ ਬਰਫੀ ਵੀ ਸਵਾਦ ਬਣੇਗੀ। ਬੇਸਣ ਨੂੰ ਤੁਸੀਂ 5-6 ਮਿੰਟ ਭੁੰਨਣਾ ਚੰਗੀ ਤਰ੍ਹਾਂ। ਜਦੋਂ ਘਿਓ ਛੱਡਿਆ ਜਾਵੇ ਤਾਂ ਫਿਰ ਪਤਾ ਲੱਗ ਜਾਂਦਾ ਵੀ ਬੇਸਣ ਭੁੱਜ ਗਿਆ, ਅਤੇ ਬੇਸਣ ਦੀ ਨਾ ਕੜਛੀ ਮਾਰੋਗੇ ਨਾ ਘਿਓ, ਆਵਾਜ਼ ਆਉਣ ਲੱਗ ਜਾਏਗੀ। ਕੱਚੇ ਬੇਸਣ ਦੀ ਨਹੀਂ ਆਵਾਜ਼ ਆਉਂਦੀ, ਭੁੱਜੇ ਬੇਸਣ ਦੀ ਆਵਾਜ਼ ਆਉਂਦੀ। ਇੰਨਾ ਜੇ ਤੁਸੀਂ ਖਿਆਲ ਕਰਨਾ, ਅਤੇ ਜੇ ਤੁਸੀਂ ਪਹਿਲੀ ਵਾਰ ਟਰਾਈ ਕਰ ਰਹੇ ਹੋ ਤਾਂ ਫਿਰ ਥੋੜ੍ਹਾ ਜਿਹਾ ਬੇਸਣ ਲੈ ਕੇ ਟਰਾਈ ਕਰੋ। ਥੋੜ੍ਹਾ 1 ਵਾਰੀ ਬਣਾ ਲਓ, ਦੂਜੀ ਵਾਰ ਤੁਹਾਨੂੰ ਕਹੋ ਆਪਣੇ ਆਪ ਹੀ ਵਧੀਆ ਬਣ ਜਾਏਗਾ, ਫਿਰ ਔਖਾ ਨਹੀਂ ਬਣਾਉਣਾ, ਬਹੁਤ ਸੌਖਾ ਹੈ। ਤਾਂ ਸਾਰੇ ਕੱਢ ਲਿਆ, ਹੁਣ ਅਸੀਂ ਇਹਦੇ ਵਿੱਚ ਹੀ ਸੁੱਕੇ ਦੁੱਧ ਦੀ ਤਿਆਰੀ ਕਰਾਂਗੇ। ਸਾਰਾ ਠੰਡਾ ਹੋ ਗਿਆ, ਹੁਣ ਆਪਾਂ 2 ਕੜਛੀਆਂ ਦੁੱਧ ਦੀਆਂ ਪਾਉਣੀਆਂ, ਅਤੇ ਜਿਹੜਾ ਸੁੱਕਾ ਦੁੱਧ ਲਿਆ ਕੌਲੀ, ਹੁਣ ਆਪਾਂ ਇਹਦੇ 'ਚ ਠੰਡੇ ਦੁੱਧ 'ਚ ਇਹਨੂੰ ਮਿਲਾ ਲੈਣਾ। ਫਿਰ ਆਪਾਂ ਗੈਸ ਚਲਾਉਣਾ, ਠੰਡੇ ਦੁੱਧ 'ਚ ਘੁੱਲ ਜਾਏਗਾ ਨਾ ਚੰਗੀ ਤਰ੍ਹਾਂ, ਅਤੇ ਗਰਮ 'ਚ ਨਹੀਂ ਘੁੱਲਦਾ, ਢੇਲੀਆਂ ਬਣ ਜਾਂਦੀਆਂ। ਅੱਛੇ ਦਾਣੇ ਕੱਢੇ ਹੋਏ ਜਿਹੜੇ ਕੁੱਟ ਕੇ, ਹੁਣ ਆਪਾਂ ਗੈਸ ਨੂੰ ਔਨ ਕਰ ਲੈਂਦੇ ਹਾਂ। 1-2 ਮਿੰਟ ਨੂੰ ਪਕਾਉਂਦੇ ਹਾਂ। ਅਤੇ ਖੋਇਆ ਆਪਣਾ ਬਣ ਕੇ ਤਿਆਰ ਹੋ ਗਿਆ ਦੁੱਧ ਦਾ, ਦੁੱਧ ਵਾਲਾ ਵੇਖ ਲਓ ਸੁੱਕੇ ਦੁੱਧ। ਅਤੇ ਆਪਾਂ ਗੈਸ ਨੂੰ ਬੰਦ ਕਰ ਦੇਣਾ ਨਾਲ ਹੀ। ਹੁਣ ਐਂਡ 'ਚ ਬਾਕੀ ਰਹਿ ਗਈ ਸਾਡੀ ਚਾਸਣੀ, ਚਾਸਣੀ ਦੀ ਤਿਆਰੀ ਕਰਨੀ ਹੈ। ਕਿੰਨਾ ਵਧੀਆ ਬਣ ਗਿਆ ਨਾ, ਇਹਦੇ ਨਾਲ ਬਹੁਤ ਜ਼ਿਆਦਾ ਬੇਸਣ ਦਾ ਟੇਸਟ ਵਧਣਾ, ਬਹੁਤ ਜ਼ਿਆਦਾ ਸਵਾਦ ਬਣ ਜਾਣਾ, ਜਿਵੇਂ ਕਿ ਖੋਇਆ ਆਪਣਾ ਤਾਜ਼ਾ ਪਾਏ। ਇਹ ਵੀ ਅਸੀਂ ਹੁਣ ਬੇਸਣ ਦੇ ਵਿੱਚ ਹੀ ਪਾ ਦੇਣਾ, ਬੇਸਣ ਵਾਲੀ ਪਲੇਟ 'ਚ ਪਾ ਕੇ ਇਕੱਠਾ ਕਰ ਦੇਣਾ, ਅਤੇ ਬਾਅਦ 'ਚ ਆਪਾਂ ਇਹਦੇ 'ਚ ਚਾਸਣੀ ਬਣਾ ਲੈਣੀ ਹੈ। ਅਤੇ ਜ਼ਰੂਰ ਤੁਸੀਂ ਮੇਰੇ ਤਰੀਕੇ ਨਾਲ 1 ਵਾਰੀ ਬਣਾਇਆ ਟਰਾਈ ਕਰਿਓ। ਬੇਸਣ ਬਣ ਕੇ ਦੇਖ ਤਿਆਰ ਹੋ ਗਿਆ ਆਪਣਾ, ਅਤੇ ਆਪਾਂ ਹੁਣ ਪਲੇਟ ਦੇ ਵਿੱਚ ਹੀ ਕੱਢ ਲੈਂਦੇ ਹਾਂ। ਅਸੀਂ ਪਲੇਟ ਦੇ ਵਿੱਚ ਹੀ ਬੇਸਣ ਦੇ ਵਿੱਚ ਹੀ ਪਾ ਲੈਣਾ ਸੀ, ਅਤੇ ਬਾਅਦ 'ਚ ਬਣਾਉਣੀ ਹੈ ਚਾਸਣੀ। ਚਲੋ ਠੰਡਾ ਹੋ ਗਿਆ ਨਾ, ਅਤੇ ਜਿਹੜਾ ਥੱਲੇ ਲੱਗਾ ਹੋਇਆ ਆਪਣੇ ਆਪ ਹੀ ਲੱਗ ਜਾਣਾ। ਨੋਟ ਪੈਨ ਲਿਓ, ਉਹਦੇ 'ਚ ਬਣਾਇਓ
ਸਾਫ਼ ਕਰਨ ਦੀ ਲੋੜ ਹੀ ਨਹੀਂ ਆਪਾਂ ਚਾਸਣੀ ਅਤੇ ਬਣਾ ਲੈਣੀ ਸਾਫ਼ ਹੋ ਗਿਆ ਬਿਲਕੁਲ ਦੋ ਕੜਛੀਆਂ ਆਪਾਂ ਛੋਟੀਆਂ ਪਾਣੀ ਦੀਆਂ ਪਾਉਣੀਆਂ ਜਿਹੜੀ ਤੁਸੀਂ ਖੰਡ ਲੈਣੀ ਹੈ ਖੰਡ ਤੁਸੀਂ ਆਪਣੇ ਬੇਸਣ ਦੇ ਹਿਸਾਬ ਨਾਲ ਲੈਣੀ ਇਹ ਨਹੀਂ ਕਿ ਆਪਾਂ ਪੂਰੀ ਕੌਲੀ ਲਈ ਇੱਕ ਬੇਸਣ ਦੀ ਅਤੇ ਪੂਰੀ ਖੰਡ ਦੀ ਤੁਸੀਂ ਆਪਣੇ ਹਿਸਾਬ ਨਾਲ ਜੇ ਘੱਟ ਵੱਧ ਖਾਂਦੇ ਘੱਟ ਵੱਧ ਵੀ ਕਰ ਸਕਦੇ ਹੋ ਜੇ ਬੇਸਣ ਜ਼ਿਆਦਾ ਹੋਵੇ ਤਾਂ ਜ਼ਿਆਦਾ ਖੰਡ ਦੀ ਲੈਣੀ ਹੈ ਚਾਸਣੀ ਆਪਣੀ ਤਿਆਰ ਬਣ ਹੋ ਗਈ ਹੈ ਦੇਖ ਲਓ ਚਾਸਣੀ ਦੋ ਮਿੰਟਾਂ 'ਚ ਬਣ ਕੇ ਤਿਆਰ ਹੋ ਜਾਂਦੀ ਜੇ ਤੁਸੀਂ ਕਲਰ ਵੀ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਪਰ ਆਪਣੀ ਮਨਪਸੰਦ ਮੈਨੂੰ ਦੱਸ ਲੱਗਿਆ ਦੇਖ ਲਓ ਮਾੜਾ ਜਿਹਾ ਕਲਰ ਪਾਉਣਾ ਬਹੁਤਾ ਨਹੀਂ ਜ਼ਿਆਦਾ ਪਾਉਣਾ ਬਹੁਤਾ ਜ਼ਿਆਦਾ ਡਾਰਕ ਹੋ ਜਾਂਦਾ ਹੈ ਆਪਾਂ ਚਾਸਣੀ ਵਿੱਚ ਕਲਰ ਪਾ ਲੈਣਾ ਅਤੇ ਹੁਣ ਆਪਾਂ ਜਿਹੜਾ ਖੋਇਆ ਬਣਿਆ ਅਤੇ ਬੇਸਣ ਉਹਨੂੰ ਇਕੱਠਾ ਹੀ ਮਿਲਾ ਲੈਣਾ ਚਾਸਣੀ ਦੇ ਵਿੱਚ ਇਕੱਠਾ ਕਰਕੇ ਸਾਰਾ ਬਿਲਕੁਲ ਬਰੀਕ ਕਰ ਲੈਣਾ ਢਿੱਲੀ ਨਹੀਂ ਰਹਿਣੀ ਚਾਹੀਦੀ ਢਿੱਲੀ ਵਿੱਚ ਰਹਿ ਜੇ ਵੀ ਸਵਾਦ ਨਹੀਂ ਲੱਗਦੀ ਦੇਖ ਲਓ ਆਪਣੀ ਬਰਫੀ ਬਣ ਕੇ ਤਿਆਰ ਹੋ ਗਈ ਹੈ ਜਿਹੜਾ ਬੇਸਣ ਹੁੰਦਾ ਉਹਦੀ ਚਾਸਣੀ ਬਿਲਕੁਲ ਪਤਲੀ ਹੁੰਦੀ ਜ਼ਿਆਦਾ ਪਤਲਾ ਹੁੰਦਾ ਅਤੇ ਜਿਹੜੀ ਬਰਫੀ ਹੁੰਦੀ ਥੋੜ੍ਹੀ ਮੋਟਾ ਹੁੰਦਾ ਜਿਹੜੀ ਪਲੇਟ ਲਈ ਅਸੀਂ ਪਲੇਟ ਦੇ ਵਿੱਚ ਥੱਲੇ ਦੇਸੀ ਘਿਓ ਲਾ ਲਿਆ ਥੋੜ੍ਹਾ ਲਾ ਕੇ ਹੁਣ ਆਪਾਂ ਪਲੇਟ ਦੇ ਵਿੱਚ ਜਮਾ ਦਿੰਦੇ ਹਾਂ ਬਣ ਗਈ ਨਾ ਬਰਫੀ ਬਿਲਕੁਲ ਬਚਣਾ ਹੁੰਦੀ ਵੀ ਜੇ ਖੋਇਆ ਹੁੰਦਾ ਬਰਫੀ ਬਣ ਕੇ ਪਾਉਣੀ ਪਲੇਟ ਦੇ ਵਿੱਚ ਜਮਾ ਲੈਣੀ ਇਹਨੂੰ ਅੱਧਾ ਘੰਟਾ ਪੌਣਾ ਘੰਟਾ ਰੱਖ ਦੇਣੀ ਜੇ ਤੁਹਾਨੂੰ ਜਲਦੀ ਹੋਵੇ ਤਾਂ ਤੁਸੀਂ ਫਰਿੱਜ 'ਚ ਰੱਖ ਸਕਦੇ ਹੋ ਜੇ ਨਹੀਂ ਤਾਂ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਘੰਟਾ ਪੂਰਾ ਲੱਗ ਜਾਏਗਾ ਜੰਮਣ 'ਤੇ ਥੋੜ੍ਹਾ ਮੋਟੇ ਰੱਖਣੇ ਪੀਸ ਅਤੇ ਮੋਟੇ ਆਪਾਂ ਨੂੰ ਛਿੱਲ ਹੋਰ ਕਰ ਲਓ ਥੋੜ੍ਹੀ ਜਿਹੀ ਲਾਈ 'ਚ ਗਾਰਨਿਸ਼ ਕਰ ਦਿੰਦੇ ਦਮ ਗਿਰੀ ਕਾਜੂ ਕੜਛੀ ਨਾਲ ਦਵਾ ਦਿੰਦੇ ਹਾਂ ਕਿ ਉਹ ਬਾਹਰ ਨਾ ਆ ਜਾਣ ਅਸੀਂ ਕਲਰ ਪਾਇਆ ਨਾ ਤਾਂ ਕਲਰ ਨਾਲ ਥੋੜ੍ਹਾ ਡਾਰਕ ਹੋ ਗਿਆ ਅਤੇ ਜੇ ਆਪਾਂ ਕਲਰ ਨਾ ਪਾਉਂਦੇ ਥੋੜ੍ਹਾ ਲਾਈਟ ਹੋਣਾ ਹੀ ਬੇਸਣ ਵਰਗਾ 20-25 ਮਿੰਟ ਪਹਿਲਾਂ ਦੇਖਾਂਗੇ ਜੇ ਤਾਂ ਸਾਡੀ ਬਰਫੀ ਜੰਮ ਕੇ ਤਿਆਰ ਹੋ ਗਈ ਅਤੇ ਫਿਰ ਆਪਾਂ ਜਲਦੀ ਕੱਟ ਲਵਾਂਗੇ ਜੇ ਨਹੀਂ ਤਾਂ ਫਿਰ ਆਪਾਂ ਫਰਿੱਜ 'ਚ ਰੱਖਾਂਗੇ 30 ਮਿੰਟ ਰੱਖਿਆ ਮੈਂ ਫਰਿੱਜ 'ਚ ਪਰ 25-30 ਮਿੰਟ ਰੱਖ ਕੇ ਅਤੇ ਬੇਟਾ ਜੰਮ ਗਿਆ ਅਤੇ ਹੁਣ ਆਪਾਂ ਇਹਨੂੰ ਕੱਟ ਕੇ ਪੀਸ ਕਰਨੇ ਆ ਪੀਸ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਤਿਰਛੇ ਕੱਟਣੇ ਜਾਂ ਸਿੱਧੇ ਕੱਟਣੇ ਉਹ ਆਪਣੀ ਤੁਹਾਡੀ ਮਰਜ਼ੀ ਹੈ ਅਤੇ ਹੁਣ ਆਪਾਂ ਤੁਹਾਨੂੰ ਕੱਟ ਕੇ ਵਿਖਾਉਂਦੇ ਹਾਂ ਸਾਡਾ ਦੇਖੋ ਬਰਫੀ ਆਪਣੀ ਪੰਜਾਬੀ ਰਸੋਈ 'ਚ ਬਰਫੀ ਬੇਸਣ ਵਾਲੀ ਬਣ ਕੇ ਤਿਆਰ ਹੋ ਗਈ ਹੈ ਅਤੇ ਜ਼ਰੂਰ ਸਾਡੇ ਤਰੀਕੇ ਨਾਲ ਜ਼ਰੂਰ ਇੱਕ ਵਾਰੀ ਬਣਾਇਓ ਟਰਾਈ ਜ਼ਰੂਰ ਕਰਿਆ ਕਰੋ ਅਤੇ ਜੇ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਵੀ ਅਸੀਂ ਤੁਹਾਡੇ ਤਰੀਕੇ ਨਾਲ ਘਰ ਬਣਾਈ ਹੈ ਟਰਾਈ ਕੀਤੀ ਅਤੇ ਬਹੁਤ ਵਧੀਆ ਬਣੀ ਦੇਖਿਓ ਕਿੰਨੀ ਵਧੀਆ ਬਣੀ ਜਿਵੇਂ ਆਪਣੇ ਹਲਵਾਈ ਨਹੀਂ ਬਣਾਉਂਦੇ ਉਸੇ ਤਰ੍ਹਾਂ ਦੀ ਬਣੀ ਬਹੁਤ ਹੀ ਅਤੇ ਟੇਸਟੀ ਵੀ ਬੜੀ ਹੈ ਚੈੱਕ ਤਾਂ ਮੈਂ ਪਹਿਲਾਂ ਕਰ ਲਈ ਜੋ ਜਮਾਈ ਸੀ ਬਹੁਤ ਸਵਾਦ ਬਣੀ ਹੈ ਬੇਸਣ ਵਾਲੀ ਬਰਫੀ ਬਣ ਕੇ ਆਪਣੀ ਤਿਆਰ ਹੈ ਜ਼ਰੂਰ ਤੁਸੀਂ ਸਾਡੇ ਤਰੀਕੇ ਨਾਲ ਬਣਾਇਓ ਅਤੇ ਖਾਇਓ ਜੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਫੈਮਿਲੀ ਮੈਂਬਰਾਂ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਜੇ ਤੁਸੀਂ ਵੀ ਸਾਡੇ ਚੈਨਲ ਨਾਲ ਨਵੇਂ ਜੁੜੇ ਹੋ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਫੈਮਿਲੀ ਮੈਂਬਰਾਂ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ